ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਪਣੇ ਚੈਨਲ ਗੁਪਤ ਮਾਡਲ ਮੇਕਰ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਦੇ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਨਵੀਆਂ ਨਵੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ, ਅਤੇ ਚੈਨਲ ਦੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਅਨਿਸ਼, ਤੁਹਾਡੇ ਲਈ ਆਪਾਂ ਇਸ ਵਾਰ ਨਵੀਂ ਵੀਡੀਓ ਲੈ ਕੇ ਆਏ ਹਾਂ। ਇਸ ਵੀਡੀਓ ਵਿੱਚ ਤੁਹਾਨੂੰ ਆਪਾਂ ਪਲਾਉ ਦਿਖਾਵਾਂਗੇ, ਜਿਨ੍ਹਾਂ ਦੇ ਚੱਲਦੇ ਹੋਏ ਦੀ ਵੀਡੀਓ ਅਗਲੀ ਵੀਡੀਓ ਵਿੱਚ ਪਾਵਾਂਗੇ। ਇਹ ਪਲਾਉ ਆਪਾਂ ਘਰ ਬਣਾਏ ਹੋਏ ਆ, ਸਾਰਾ ਹੈਂਡ ਬਿਲਡ ਕੰਮ ਆ। ਇਹਨਾਂ ਦੇ ਪਲਾਉ ਦੇ ਪਿੱਛੇ ਦੋ ਡਬਲ ਹੁੱਕ ਆ, ਜਿਸ ਨਾਲ ਉੱਚਾ ਨੀਵਾਂ ਕੀਤਾ ਜਾਂਦਾ। ਜੇ ਨੀਵਾਂ ਕਰਨਾ ਤਾਂ ਵਾਲੀ ਹੁੱਕ 'ਚ ਪਾ ਲਈਦਾ। ਦੂਜੇ ਇਹ 'ਚ ਜੇ ਪਲਾਉ ਦੇ ਵੱਧ ਪਲਟਾ ਮਾਰਨਾ, ਇਹਦੇ ਵਿੱਚ ਥੱਲੇ ਦੇ ਪਾਸੇ ਨਟ ਲਾਇਆ ਜਿਹਨੂੰ ਢਿੱਲਾ ਕਰਕੇ ਲੂਜ਼ ਕਰਕੇ ਅੰਦਰ ਨੂੰ ਫੱਟੀ ਧੱਕ ਕੇ ਸਾਈਡ ਨੂੰ ਹੋ ਜਾਂਦੇ। ਦੂਜੀ ਗੱਲ, ਪਿੱਛੇ ਟਾਇਰ ਲਾਇਆ ਜਿਹੜਾ ਉੱਚਾ ਨੀਵਾਂ ਟਰੈਵਲ ਕਰਨ ਲਈ ਕੰਮ ਕਰਦਾ, ਅਤੇ ਨਾਲ ਹੀ ਇਹਨੂੰ ਬੈਲੈਂਸ ਕਰਦਾ। ਜਦੋਂ ਹਲ ਵੱਧ ਲੱਗਦੇ ਆ, ਇਹਨੂੰ ਬੈਲੈਂਸ ਦੇ ਵਿੱਚ ਦੇ ਇੱਕ ਥਾਂ 'ਤੇ ਸੈੱਟ ਕਰ ਦੇਈਦਾ ਹੁੱਕ 'ਤੇ ਪਾ ਕੇ। ਥੱਲੜ ਦੀ ਹੁੱਕ 'ਤੇ ਫਿਰ ਵਾਲੀ ਲੋੜ ਨਹੀਂ ਪੈਂਦੀ, ਜੇ ਤਾਂ ਵਾਲੀ ਹੁੱਕ 'ਤੇ ਫਿਰ ਇਹਨੂੰ ਸੈੱਟ ਕਰ ਲਈਦਾ, ਉਸੇ ਲੈਵਲ 'ਤੇ ਰਹਿੰਦੇ ਆ, ਨਾ ਵੱਧ ਲੱਗਦੇ ਨਾ ਘੱਟ ਲੱਗਦੇ ਆ। ਹਾਂਜੀ, ਵੀਡੀਓ ਦੇਖਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ, ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਅਗਲੀ ਵੀਡੀਓ ਤੁਹਾਨੂੰ ਜ਼ਰੂਰ ਜਲਦੀ ਹੀ ਪਾਵਾਂਗੇ, ਜਿਸ ਵਿੱਚ ਚੱਲਦੇ ਪਲਾਉ ਦਿਖਾਵਾਂਗੇ ਤੁਹਾਨੂੰ। ਅਤੇ ਜ਼ਰੂਰ ਸ਼ੇਅਰ ਕਰਨਾ ਉਸ ਵੀਡੀਓ ਨੂੰ ਅਤੇ ਇਸ ਵੀਡੀਓ ਨੂੰ ਵੀ। ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਨਾਲ ਜੁੜਨ ਲਈ। ਸੌਖਾ।